ਤੇ ਉਧਰ ਨਾਸਾ ਦੀ ਪੁਲਾੜ ਯਾਤਰੀ ਮੇਜਰ ਮੇਸਨ ਨੇ ਸੰਯੁਕਤ ਰਾਸ਼ਟਰ ਦੇ ਇੱਕ ਸਿਖਰ ਸੰਮੇਲਨ ਦੌਰਾਨ ਮੰਗਲਵਾਰ ਨੂੰ ਕਿਹਾ ਕਿ ਦੁਨੀਆ ਨੂੰ ਜਲਵਾਯੂ ਪਰਿਵਰਤਨ ਦੇ ਮੌਜੂਦਾ ਖਤਰਿਆਂ ਨੂੰ ਝਾਂਚਣ ਦੀ ਲੋੜ ਹੈ। ਨਾਲ ਹੀ ਉਹਨਾਂ ਆਖਿਆ ਕਿ ਧਰਤੀ ਨੂੰ ਸਾਡੀ ਲੋੜ ਨਹੀਂ ਹੈ, ਸਾਨੂੰ ਧਰਤੀ ਦੀ ਲੋੜ ਹੈ। ਪੁਲਾੜ ਵਿੱਚ ਜਾਣ ਵਾਲੀ ਪਹਿਲੀ ਅਫਰੀਕੀ ਅਮੈਰੀਕੀ ਮਹਿਲਾ ਜੈਮਿਸਨ ਨੇ ਬੇਲਗਾਮ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਮਨੁੱਖਾਂ ਅਤੇ ਤਰੀਕਿਆਂ 'ਤੇ ਚਰਚਾ ਕਰਨ ਲਈ ਪੋਲੈਂਡ ਵਿੱਚ ਆਯੋਜਿਤ COP25 ਸਿਖਰ ਸੰਮੇਲਨ ਨੂੰ ਇੱਕ ਅੰਤਰਰਾਸ਼ਟਰੀ ਵਜੋਂ ਦੇਖਿਆ ਅਤੇ ਇਸ ਸੰਮੇਲਨ ਵਿੱਚ ਤਕਰੀਬਨ 200 ਦੇਸ਼ਾਂ ਦੇ ਪ੍ਰਤੀਨਿਧੀ ਮੰਡਲਾਂ ਕੋਲੋਂ ਹੁਣ ਤੱਕ ਦੀ ਸਭ ਤੋਂ ਮੁਸ਼ਕਲ ਸਮੱਸਿਆ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ 'ਤੇ ਚਰਚਾ ਕੀਤੀ ਗਈ। ਜੈਮਿਸਨ ਨੇ ਕਿਹਾ ਕਿ ਜਦੋਂ ਲੋਕ ਕਹਿੰਦੇ ਨੇ ਕਿ ਧਰਤੀ ਬਚਾਓ ਤਾਂ ਉਹ ਗਲਤ ਕਹਿੰਦੇ ਨੇ, ਇਹ ਧਰਤੀ ਨੂੰ ਬਚਾਉਣ ਬਾਰੇ ਨਹੀਂ ਬਲਕਿ ਇਹ ਯਕੀਨੀ ਬਣਾਉਣ ਲਈ ਹੈ ਕਿ ਅਸੀਂ ਇਸ ਨੂੰ ਇੰਨਾ ਜ਼ਿਆਦਾ ਨੁਕਸਾਨ ਪਹੁੰਚਾਉਣਾ ਜਾਰੀ ਨਾ ਰੱਖੀਏ ਕਿ ਇਹ ਸਾਡੀ ਹੋਂਦ ਲਈ ਖਤਰਾ ਬਣ ਜਾਵੇ।